अज पंजाब दे विच राहुल गांधी आया होया गा। पंजाब दा किसान अज धरना ते बैठा थां थां ते। पंजाब दे लोक अपने हक्कां दी आप राखी करना जानदे आ। राहुल गांधी ने जे राखी करनी जी दिल्ली च करदा, दिल्ली दे विच जिन्ने उहदे समर्थक जी गए सानू तां इत्थों चल के जाणा पऊगा। सानू तां इत्थे चल के जाके प्रशासन के नाल सानू हथों पाई करके दिल्ली दे विच जाना पऊ। उन्हां दा विरोध करदिआं होइआं नूं सानू गाहां निंघणा पऊ। राहुल गांधी नूं पंजाब दे विच नहीं जिउणा चाहीदा। राहुल गांधी नूं अपने दिल्ली दे विच अपने समर्थकां नूं लै के सड़कां जाम करके उत्थे विरोध करना चाहीदा सी, ना कि इत्थे पंजाब दे विच किसे तरां दी हुल्लड़बाजी तों बचना चाहीदा। उस नूं ਇਹ ਨਹੀਂ ਹੋ ਸਕਦਾ ਵੀ ਕਿ ਨੌਜਵਾਨ ਹੁੱਲੜਬਾਜ਼ੀ ਦੇ ਵਿੱਚ ਆਏ ਹੋਏ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਪਹੁੰਚਾ ਸਕਦੇ ਆ। ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਅਜਿਹੇ ਹੁੱਲੜਬਾਜ਼ੀ ਤੋਂ ਦੂਰ ਰਹਿਣਾ ਗਾ। ਸੋ ਬੇਨਤੀ ਹੈਗੀ ਵੀ ਰਾਹੁਲ ਗਾਂਧੀ ਨੂੰ ਅਸੀਂ ਇਸ ਦਾ ਨਿਖੇਧੀ ਕਰਦੇ ਹਾਂ ਵੀ ਉਹ ਪੰਜਾਬ ਦੇ ਵਿੱਚ ਉਸ ਨੂੰ ਆਉਣਾ ਨਹੀਂ ਸੀ ਚਾਹੀਦਾ। ਧਰਨੇ ਲਗਾਤਾਰ ਜੀ ਜਿੰਨਾ ਚਿਰ ਸਾਨੂੰ 31 ਜਥੇਬੰਦੀਆਂ ਵੱਲੋਂ ਕੋਈ ਫੈਸਲਾ ਨਹੀਂ ਆਉਂਦਾ ਹੈਗਾ। 7 ਤਰੀਕ ਦੀ ਹੁਣ ਮੀਟਿੰਗ ਰੱਖੀ ਗਈ ਹੈਗੀ, ਉਸ ਮੀਟਿੰਗ ਤੋਂ ਬਾਅਦ ਹੀ ਫੈਸਲਾ ਹੋਊਗਾ ਵੀ ਇਹ ਧਰਨੇ ਹੋ ਸਕਦਾ ਵੀ 5-7 ਦਿਨਾਂ ਦੇ ਵਿੱਚ ਵੀ ਖਤਮ ਹੋ ਸਕਣ, ਅਤੇ ਗਾਹਾਂ ਕਿੰਨਾ ਸਮਾਂ ਚੱਲ ਸਕਦੇ ਆ ਇਸ ਬਾਰੇ ਅਸੀਂ ਕੋਈ ਕਹਿ ਨਹੀਂ ਸਕਦੇ ਹੈ। ਰਿਲਾਇੰਸ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ ਗੇ ਜਾਂ ਟੋਲ ਪਲਾਜ਼ੇ ਨੇ ਜਾਂ ਰਿਲਾਇੰਸ ਪੰਪ ਨੇ ਗੇ, ਰੇਲਵੇ ਲਾਈਨਾਂ ਨੇ, ਸਾਡੇ ਨੌਜਵਾਨ ਵੀਰ ਕਿਸਾਨ ਜਥੇਬੰਦੀਆਂ ਵਾਲੇ ਵੀਰ ਜਿੰਨੇ ਵੀ ਮਜ਼ਦੂਰ ਨੇ ਗੇ ਸਾਰੇ ਸਾਡੇ ਨਾਲ ਖੜ੍ਹੇ ਨੇ। ਥਾਂ ਥਾਂ 'ਤੇ ਅਸੀਂ ਜਾਮ ਲਾਏ ਹੋਏ ਨੇ ਗੇ। ਜਿਸ ਤਰ੍ਹਾਂ ਦਾ ਵੀ ਸਾਨੂੰ ਸਹਿਯੋਗ ਮਿਲੂ, ਜਿਸ ਤਰ੍ਹਾਂ ਹੁਣ ਮਹਿਲਕਲਾਂ ਦੀ ਧਰਤੀ ਦੇ ਉੱਤੇ ਇਹ ਲੋਕ ਅਣਖੀ ਲੋਕ ਨੇ, ਮਹਿਲਕਲਾਂ ਦੀ ਧਰਤੀ ਦੇ ਬਲਕਿ ਪੰਜਾਬ ਦੇ ਲੋਕ ਹੀ ਅਣਖੀ ਨੇ ਗੇ, ਇਹ ਤਖਤਾ ਪਲਟਣ ਜਾਣਦੇ ਨੇ। ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂਗੇ ਬਈ ਇਹ ਤਾਂ ਲੰਡਨ ਦੇ ਵਿੱਚ ਜਾ ਕੇ ਬਦਲਾ ਲੈਣਾ ਜਾਣਦੇ ਆ, ਦਿੱਲੀ ਕੋਈ ਮੋਦੀ ਸਾਹਿਬ ਦੂਰ ਨਹੀਂ ਹੈਗੀ, ਤੇਰਾ ਕਿਤੇ ਤਖਤ ਆਉਣਾ ਸਾਨੂੰ ਪਲਟਣਾ ਪੈ ਜੇ। ਸੋ ਸਾਡੀ ਬੇਨਤੀ ਆ ਵੀ ਤੂੰ ਆਪਦੇ ਲੀਹ 'ਤੇ ਆ ਜਾ। ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਕਿਸਾਨਾਂ ਦਾ ਏਕਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ।